ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਬੇਅਦਬੀ ਮਾਮਲਿਆਂ ਵਿੱਚ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਯਾਨੀ SIT ਵੱਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਫਿਲਮ ਅਭਿਨੇਤਾ ਅਕਸ਼ੇ ਕੁਮਾਰ ਨੂੰ ਸੰਮਨ ਜਾਰੀ ਕਰਨ ਦੇ ਮਾਮਲੇ ਤੇ ਪ੍ਰਤੀਕਿਰਿਆ ਦਿੱਤੀ ਹੈ। ਉਹਨੇ ਕਿਹਾ ਕਿ ਬੇਸ਼ੱਕ ਅਕਸ਼ੇ ਕੁਮਾਰ ਨੇ ਟਵੀਟ ਕਰਕੇ ਗੱਲ ਕਹੀ ਹੈ ਕਿ ਉਹ ਕਦੇ ਵੀ ਰਾਮ ਰਹੀਮ ਨੂੰ ਨਹੀਂ ਮਿਲਿਆ, ਪਰ ਅਸਲ ਤੱਥ ਤਾਂ SIT ਵੱਲੋਂ ਕੀਤੀ ਜਾਣ ਵਾਲੀ ਪੁੱਛਗਿੱਛ ਵਿੱਚ ਹੀ ਸਾਹਮਣੇ ਆਉਣਗੇ। ਮੈਂ ਸਮਝਦਾ ਕਿ ਬਿਲਕੁਲ ਠੀਕ ਹੈ, ਅਗਰ ਜੇ ਉਹ ਬਿਲਕੁਲ ਪੰਜਾਬ ਪ੍ਰਤੀ ਵਫ਼ਾਦਾਰ ਨੇ, ਅਗਰ ਉਹਨਾਂ ਦਾ ਕੋਈ ਰੋਲ ਨਹੀਂ ਹੈ ਤਾਂ ਫਿਰ ਠੀਕ ਹੈ। ਉਹ ਤਾਂ ਜਿਹੜੀ ਦੇਖ ਰਹੇ ਨੇ ਟੀਮ ਦੇਖ ਰਹੀ ਆ, STI ਨੇ, ਉਹਨੇ ਦੇਖਣਾ ਹੈ ਉਹਨਾਂ ਦਾ ਰੋਲ ਹੈ ਜਾਂ ਨਹੀਂ ਹੈ। ਜੇ ਨਹੀਂ ਹੋਏਗਾ ਤਾਂ ਬੰਬੇ ਆਰਾਮ ਨਾਲ ਬੈਠੇਗਾ, ਜੇ ਹੋਏਗਾ ਤਾਂ ਉਹਦਾ ਕੋਈ ਹਿਸਾਬ ਕਿਤਾਬ ਹੋਰ ਹੋਏਗਾ।